ਇੱਕ ਸਮਾਗਮ ਦੌਰਾਨ ਨਵਜੋਤ ਕੌਰ ਸਿੱਧੂ ਨੇ ਅਕਾਲੀ ਲੀਡਰਸ਼ਿਪ ਤੇ ਵਾਰ ਕੀਤਾ। ਉਨ੍ਹਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਭੁੱਲਾਂ ਬਖਸ਼ਾਉਣ ਪੁੱਜੀ ਅਕਾਲੀ ਲੀਡਰਸ਼ਿਪ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਪਹਿਲਾਂ ਹੀ ਮਰਿਆਦਾ ਦੀ ਉਲੰਘਣਾ ਕਰਦਾ ਰਿਹਾ ਅਤੇ ਇਸ ਵਾਰ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਅਜਿਹਾ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਰੀਬ 10 ਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੇਵਾ ਕਰਨ ਤਾਂ ਸ਼ਾਇਦ ਲੋਕ ਉਨ੍ਹਾਂ ਨੂੰ ਮਾਫ਼ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸੁਖਪਾਲ ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ ਤੇ ਬੋਲਦਿਆਂ ਕਿਹਾ ਕਿ ਭਾਰਤ ਵਿਚ ਲੋਕਤੰਤਰ ਦੇ ਤਹਿਤ ਕੋਈ ਵੀ ਵਿਅਕਤੀ ਮਾਰਚ ਜਾਂ ਪ੍ਰਦਰਸ਼ਨ ਕਰ ਸਕਦਾ ਹੈ ਤੇ ਉਹਨਾਂ ਕੁਝ ਵੀ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜੇ ਇਹ ਭੁੱਲਾਂ ਨਹੀਂ ਹੁੰਦੀਆਂ, ਉਹਨਾਂ ਨੇ ਪਾਪ ਕੀਤੇ ਆ, ਪਹਿਲਾਂ ਤਾਂ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਪਹਿਲਾਂ ਤਾਂ ਦੱਸਣ ਕਿ ਕਿਹੜੀ ਕਿਹੜੀ ਭੁੱਲ, ਤਾਂ ਕਿ ਲੋਕਾਂ ਨੂੰ ਸਮਝ ਆਵੇ ਵੀ ਜਿਹੜੀ ਵੱਡੀ ਵੱਡੀ ਡਾਇਰੀਆਂ ਤੇ ਲੋਕਾਂ ਦੇ ਮਨ ਚ ਉਹਨਾਂ ਲਈ ਜੋ ਨਫ਼ਰਤ ਹੈ ਉਹ ਕਿਉਂ ਪਈ। ਜੇ ਉਹ ਸਮਝਣ ਤੇ ਉਹਦੀ ਭੁੱਲ ਬਖਸ਼ਾਣ ਤਾਂ ਅਸੀਂ ਮੰਨਾਂਗੇ। ਪਹਿਲਾਂ ਇਹ ਦੱਸਣ, ਪਹਿਲਾਂ ਬੰਦੇ ਬਰਗਾੜੀ ਕਾਂਡ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਤੇ ਤਾਂ ਕੁਛ ਵੀ ਨਹੀਂ ਨਾ, ਉਹਨਾਂ ਦੀ ਬੇਅਦਬੀ ਤੋਂ ਉੱਤੇ ਕੁਛ ਵੀ ਨਹੀਂ, ਉਦੋਂ ਉਹਨਾਂ ਦਾ ਕੀ ਬਿਹੇਵੀਅਰ ਆ। ਜਦੋਂ ਫਾਇਰਿੰਗ ਕਰਕੇ ਸਾਡੇ ਇਨੋਸੈਂਟ ਬੰਦਿਆਂ ਤੇ ਇਨੋਸੈਂਟ ਯੂਥ ਮਾਰੇ, ਇਨੋਸੈਂਟ ਮਾਰੇ, ਉਹਨਾਂ ਦਾ ਕੀ ਕਹੀਏ। ਜਿਹੜਾ ਪੂਰਾ ਪੰਜਾਬ ਦਾ ਯੂਥ ਮਾਰਿਆ ਡਰੱਗਸ ਦੇ ਨਾਲ, ਉਹ ਕੰਟਰੋਲ ਨਹੀਂ ਕਰ ਪਾਏ, ਉਹਦਾ ਕੀ ਕਹੀਏ। ਐਜੂਕੇਸ਼ਨ ਸਿਸਟਮ ਨੂੰ ਉੱਤੇ ਨਹੀਂ ਲਿਆ ਪਾਏ, ਉਹ ਬੱਚਿਆਂ ਨੂੰ ਡਰੱਗਸ ਪਾਤਾ, ਫ੍ਰੀ ਉਹ ਕਰਤਾ, ਪੰਜਾਬ ਦੇ ਲੋਕਾਂ ਨੂੰ ਲੁੱਟ ਕੇ 7-7 ਸਿਤਾਰੇ ਹੋਟਲ ਬਣਾ ਲਏ। ਤੁਸੀਂ ਜੇ ਪੰਜਾਬ ਇੰਨੇ ਬੁਰੇ ਹਾਲ ਸੀ, ਲੋਕਾਂ ਨੂੰ ਮਜਬੂਰ ਕੀਤਾ, ਗੁੰਡਾ ਰਾਜ ਚਲਾਇਆ, ਡੈਮੋਕ੍ਰੇਸੀ ਨੂੰ ਮਾਰਿਆ, ਡਿਕਟੇਟਰ ਰੂਲ ਬਣਾਇਆ ਕਿ ਇੱਕ ਗੁੰਡਾ ਰਾਜ ਚੱਲਿਆ ਕਿ ਸਾਡੇ ਨਾਲ ਤੁਰੋ, ਜੋ ਮਰਜ਼ੀ ਗਲਤ ਕਰ ਲਓ, ਇਸ ਪੰਜਾਬ ਦੇ ਵਿੱਚ ਜੋ ਬੁਰਾ ਕਰਨਾ ਕਰ ਲਓ, ਲੁੱਟਣਾ ਲੁੱਟ ਲਓ, ਕੁੱਟਣਾ ਕੁੱਟ ਲਓ, ਝੂਠਾ ਪਰਚਾ ਸਾਡੇ ਨਾਲ ਨਹੀਂ ਮੰਨੋਗੇ, ਝੂਠਾ ਪਰਚਾ ਕਿਹੜੀ ਭੁੱਲ, ਇਹ ਪਰਮਾਤਮਾ ਹੀ ਨਹੀਂ ਮਨਜ਼ੂਰ ਕਰ ਰਿਹਾ ਉਹਨਾਂ ਦੇ ਅੰਦਰ ਆਣਾ। ਕੱਲ ਉਹਨਾਂ ਤੋਂ ਮਰਿਆਦਾ ਨਹੀਂ ਨਿਭਾਈ ਗਈ, ਮਤਲਬ ਪਰਮਾਤਮਾ ਨੇ ਵੀ ਮਨਜ਼ੂਰ ਨਹੀਂ ਕੀਤਾ ਕਿ ਉਹਨਾਂ ਦੇ ਨਾਲ ਸਿਕਿਉਰਿਟੀ ਗਾਰਡ ਇੰਨੀ ਦੇਰ ਉਹਨਾਂ ਨੂੰ ਹੋ ਗਈ ਦਰਬਾਰ ਸਾਹਿਬ ਜਾਂਦੇ, ਕਿ ਸਮਝ ਨਹੀਂ ਹੈ ਕਿ ਸਿਕਿਉਰਿਟੀ ਉੱਥੇ ਜੁੱਤੇ ਲੈ ਕੇ ਜਾਂਦੀ ਹੈ।